ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ। ਅੱਜ ਦੋਸਤੋ ਆਪਾਂ ਇੱਕ ਤੁਹਾਡਾ ਲਾਂਭਾ ਹੀ ਲਾਉਣਾ। ਬਹੁਤ ਸਾਰੇ ਸੱਜਣ ਮਿੱਤਰ ਮੈਸੇਜ ਵੀ ਕਰਦੇ ਆ, ਫੋਨ ਵੀ ਕਰਦੇ ਆ, ਬਈ ਕੋਈ ਸਸਤਾ ਜਾਨਵਰ ਹੋਵੇ ਤਾਂ ਦੱਸਿਓ। ਅਤੇ ਅੱਜ ਫਿਰ ਤੁਹਾਡੇ ਵਾਸਤੇ ਇੱਕ ਬਹੁਤ ਸਸਤਾ ਜਾਨਵਰ ਲੈ ਕੇ ਆਏ ਦੋਸਤੋ। ਇਦੂ ਸਸਤੀ ਤਾਂ ਗਾਂ ਹੀ ਮਿਲ ਸਕਦੀ ਹੈ, ਫਿਰ ਹੋਰ ਤਾਂ ਨਹੀਂ ਮਿਲ ਸਕਦਾ ਕੁਛ। ਘੋੜਾ ਘੋੜੀ ਤਾਂ ਮੁਸ਼ਕਲ ਹੈ ਮੇਰੇ ਹਿਸਾਬ ਨਾਲ, ਕਿਉਂਕਿ ਬਹੁਤ ਸਸਤਾ। ਬਾਕੀ ਦੋਸਤੋ ਇਹਦੇ ਵਿੱਚ ਕੋਈ ਐਂ ਵੀ ਨਾ ਕੋਈ ਬੰਦਾ ਸੋਚੇ ਵੀ ਰੇਟ ਤੁਸੀਂ ਪੜ੍ਹ ਹੀ ਲਿਆ ਹੋਣਾ ਥੰਬਨੇਲ 'ਤੇ, 1,40,000 ਰੁਪਇਆ ਮੁੱਲ ਕਰਦੇ ਬਾਈ ਹੁਣੀ। ਅਤੇ ਕੋਈ ਇਹ ਵੀ ਨਾ ਸੋਚੇ ਵੀ ਕੋਈ ਇਹਦੇ ਵਿੱਚ ਨੁਕਸ ਹੋਊ। ਬਾਡੀ ਬਣਤਰ ਤੁਸੀਂ ਦੇਖ ਸਕਦੇ ਹਾਂ, ਸ਼ਕੀਨੀ ਇਹਦੇ ਵਿੱਚ ਦੇਖ ਸਕਦੇ ਹਾਂ, ਕੰਨਾਂ ਕੁੰਨਾਂ ਪੱਖੋਂ ਜਾਂ ਬਾਡੀ ਸਟਰਕਚਰ ਇਹਦਾ ਬਹੁਤ ਵਧੀਆ। ਨੁਕਸ ਕੋਈ ਨਹੀਂ ਗਾ, ਸਾਰੇ ਪਸਾਂ ਤੋਂ ਫਿੱਟ ਹੈ ਜਾਨਵਰ। ਅਤੇ ਮੁੱਲ ਬਾਈ ਹੁਣਾਂ ਨੇ ਇਹਦਾ 1,40,000 ਰੁਪਈਆ ਕੀਤਾ। ਬਾਕੀ ਉਹਨਾਂ ਨੇ ਕਿਹਾ ਵੀ ਜੇ ਕੋਈ ਸੱਜਣ ਆਊਗਾ ਮੋਹ ਪਿਆਰ ਵਾਲਾ ਮਿਲ ਗਿਆ ਤਾਂ ਮੁੱਲ ਜਿਹੜਾ ਆਪਾਂ ਇਦੂ ਬਾਅਦ ਬਈ ਮਾਨਤਾਨ ਹੋਰ ਵੀ ਕਰਾਂਗੇ। ਸੋ ਡਿਟੇਲ ਮੈਂ ਤੁਹਾਨੂੰ ਇਹਦੀ ਦੱਸ ਦਿੰਦਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਆ ਜੀ, ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਦੋਸਤੋ, ਅਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਸੋ ਇਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿਆਂ ਤਾਂ ਡਿਟੇਲ ਇਹਦੀ 4 ਸਾਲ ਉਮਰ ਹੈ, ਘੋੜਾ ਹੈ ਦੋਸਤੋ ਇਹ, 4 ਸਾਲ ਇਹਦੀ ਉਮਰ ਹੈ। ਹਾਈਟ ਇਹਦੀ ਜਿਹੜੀ 60 ਇੰਚ ਹੈ ਬਾਈ ਹੁਣਾਂ ਨੇ ਦੱਸੀ। ਕੰਨਾਂ ਕੁੰਨਾਂ ਦਾ ਬਹੁਤ ਸ਼ੌਕੀਨ ਹੈ ਦੋਸਤੋ, ਤੁਸੀਂ ਦੇਖ ਸਕਦੇ ਹਾਂ, ਅਤੇ ਬਾਡੀ ਸਟਰਕਚਰ ਵੀ ਬਹੁਤ ਵਧੀਆ। ਉਮਰ 4 ਸਾਲ ਅਤੇ ਹਾਈਟ ਇਹਦੀ 60 ਇੰਚ ਹੈ। ਹਰਿਆਣਾ ਸਟੇਟ ਦੇ ਵਿੱਚ ਦੋਸਤੋ ਅੰਬਾਲਾ ਕੈਂਟ ਹੈ ਬਾਈ ਹੁਣਾਂ ਦਾ ਏਰੀਆ ਜਿੱਥੇ ਇਹ ਖੜ੍ਹਾ। ਨੰਬਰ ਵੀਰਾਂ ਦਾ ਸਕਰੀਨ 'ਤੇ ਲੱਗਾ। ਮੁੱਲ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ 1,40,000 ਰੁਪਈਆ ਮੁੱਲ ਕਰਦੇ ਆ। ਬਾਕੀ ਮੌਕੇ 'ਤੇ ਉਹਨਾਂ ਨੇ ਕਿਹਾ ਵੀ ਜੇ ਕੋਈ ਸੰਭਾਈ ਵਾਲਾ ਬੰਦਾ ਮਿਲ ਗਿਆ ਆਪਾਂ ਮਾਨ ਤਾਨ ਹੋਰ ਖੁੱਲ੍ਹੇ ਦਿਲ ਨਾਲ ਕਰ ਦੇਣਾ ਇਹਦਾ ਦੋਸਤੋ। ਤੋਰੇ ਤਾਰੇ ਦਾ ਪਾਸ ਆ, ਸਵਾਰੀ ਸੂਰੀ ਕਰਾਉਂਦਾ ਦੋਸਤੋ। ਝੂਟੇ ਝਾਟੇ ਜੇ ਕਿਸੇ ਸੱਜਣ ਨੇ ਲੈਣ ਨੂੰ ਲੈਣਾ ਤਾਂ ਗੱਲਬਾਤ ਬਣ ਜੂਗੀ। ਕਈ ਵਾਰੀ ਬਹੁਤ ਸਾਰੇ ਸੱਜਣ ਫੋਨ ਕਰਦੇ ਵੀ ਸਸਤੇ ਮੁੱਲ ਦਾ ਜਾਨਵਰ ਚਾਹੀਦਾ, ਤਾਂ ਬਈ ਦੋਸਤੋ ਸਸਤਾ ਘੋੜਾ ਬਹੁਤ ਸਸਤੇ ਮੁੱਲ ਦਾ, ਜੇ ਕਿਸੇ ਸੱਜਣ ਨੇ ਲੈਣਾ ਤਾਂ ਗੱਲਬਾਤ ਬਾਈ ਹੁਣਾਂ ਦੇ ਨਾਲ ਕਰ ਲਓ। 4 ਸਾਲ ਉਮਰ ਦੱਸੀ ਹੈ, 60 ਇੰਚ ਹਾਈਟ ਹੈ। ਅਤੇ ਜੇ ਕਿਸੇ ਸੱਜਣ ਨੇ ਤੁਹਾਡੇ 'ਚੋਂ ਵੀ ਆਪਣੇ ਜਾਨਵਰ ਦੀ ਐਡ ਲਵਾਉਣੀ ਹੋਵੇ ਆਪਣੇ ਇਸ ਚੈਨਲ 'ਤੇ ਤਾਂ ਇੱਥੇ ਨੰਬਰ ਦੋਸਤੋ ਵੀਡੀਓ ਦੇ ਅਖੀਰ ਦੇ ਵਿੱਚ ਆਪਣਾ ਚੱਲਦਾ ਹੁੰਦਾ, ਇੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਲੈਂਦੇ ਹੈ। ਜੇ ਫਾਰਮ 'ਤੇ ਇੰਟਰਵਿਊ ਵੀਡੀਓ ਕਰਨੀ ਹੋਵੇ ਤਾਂ ਵੀ ਦੋਸਤੋ ਸੁਨੇਹਾ ਦੇ ਦਿਆ ਜੇ, ਜ਼ਰੂਰ ਪਹੁੰਚਾਂਗੇ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਵੀਡੀਓ ਲਾਈਕ ਅਤੇ ਸ਼ੇਅਰ ਕਰ ਦਿਓ ਦੋਸਤੋ, ਧੰਨਵਾਦ।